अपने हकों के लिए प्रोटेस्ट कर रहे वो लोग जिन्होंने इस देश का नाम रोशन किया। पहले तो किन्ने बार इस इशू से अपनी जी गलबात हैगी कर चुके हैं। हूँ तो ला लो कि ब्रज भूषण एक तरफ की बड़े जो राह ने सुखावे हो गए। किस तरीके ਨਾਲ ਦੇਖ ਰਹੇ ਹੋ ਜੀ? ਔਰ ਜਿੰਨਾ ਜ਼ੁਲਮ ਜਿੰਨਾ ਸਿਤਮ ਔਰਤ ਤੇ ਯਾਨੀ ਕੁੜੀ ਹੋਣਾ ਗੁਨਾਹ ਹੋ ਗਿਆ ਜੀ, ਬਜਰ ਗੁਨਾਹ ਹੋ ਗਿਆ। ਯਾਨੀ ਇਹ ਕਿੱਥੋਂ ਜਨਮ ਲੈ ਲਿਆ ਇਹਨਾਂ ਨੇ? ਇਹਨਾਂ ਨੂੰ ਜਨਮ ਲੈਣਾ ਨਹੀਂ ਚਾਹੀਦਾ ਸੀਗਾ। 15 ਤਰੀਕ ਤੱਕ ਸਰਕਾਰ ਨੇ ਕਿਹਾ ਸੀਗਾ ਕਿ ਚਾਰਜਸ਼ੀਟ ਦਾਖਲ ਕਰ ਦੇਗੀ ਪੁਲਿਸ, ਬੇਟੀ ਪੜਾਓ ਬੇਟੀ ਬਚਾਓ। ਕੈਸੇ ਝੂਠੇ ਲੋਕ, ਕੈਸੇ ਘਟੀਆ ਮਾਨਸਿਕਤਾ ਵਾਲੇ ਲੋਕ, ਬਿਮਾਰ ਲੋਕ, ਕੁੰਠਿਤ ਲੋਕ, ਅਪਰਾਧਿਕ ਲੋਕ, ਪ੍ਰੈਸ਼ਰ ਪਾ ਕੇ, ਦਬਾਅ ਪਾ ਕੇ, ਡਰਾ ਕੇ, ਧਮਕਾ ਕੇ, ਉਹ ਨਾਬਾਲਗ ਕੁੜੀ ਦੇ ਤਿੰਨ ਤਿੰਨ ਸਰਟੀਫਿਕੇਟ ਕੱਢ ਕੇ ਪਤਾ ਨੀ ਕਿੱਥੋਂ, ਇਹ ਨਰਿੰਦਰ ਮੋਦੀ ਦੇ ਸਰਟੀਫਿਕੇਟ ਚ ਤੇ ਯੂਨੀਵਰਸਿਟੀ ਦੇ ਸਪੈਲਿੰਗ ਵੀ ਕਰ ਦਿੱਤੀ। ਹੁਣ ਪੁਲਿਸ ਨੇ ਚਾਰਜਸ਼ੀਟ ਚ ਸਭ ਤੋਂ ਪਹਿਲਾਂ ਇਹ ਲਿਖਿਆ ਕਿ ਪੋਕਸੋ ਦੀ ਧਾਰਾ ਜਿਹੜੀ ਆ ਲੱਗੀ ਹੋਈ ਉਹ ਹਟਾਈ ਜਾਵੇ। ਉਹ ਬਣਦੀ ਨਹੀਂ ਆ, ਉਹਦਾ ਸਬੂਤ ਕੋਈ ਨਹੀਂ ਆ, ਉਹਦਾ ਲੈਣ ਦੇਣ ਕੋਈ ਨਹੀਂ। ਸਤਿ ਸ਼੍ਰੀ ਅਕਾਲ ਨੈਕਸਟ ਪੰਜਾਬ ਦੀ ਸਾਰੀ ਆਡੀਅੰਸ ਨੂੰ ਵੈਲਕਮ। ਮੈਂ ਗੁਰਜਿੰਦਰ ਸਿੰਘ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਦੇਸ਼ਰਾਜ ਕਾਲੀ। ਕਾਲੀ ਸਾਹਿਬ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਡੀਅਰ, ਥੈਂਕ ਯੂ ਵੈਰੀ ਮੱਚ ਜੀ। ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰ ਰਹੇ ਉਹ ਲੋਕ ਜਿਨ੍ਹਾਂ ਨੇ ਇਸ ਦੇਸ਼ ਦਾ ਨਾਮ ਰੋਸ਼ਨ ਕੀਤਾ, ਪਹਿਲਾਂ ਆਪਾਂ ਕਿੰਨੇ ਵਾਰ ਇਸ ਇਸ਼ੂ ਤੇ ਆਪਣੀ ਜਿਹੜੀ ਗੱਲਬਾਤ ਹੈਗੀ ਆ ਉਹ ਕਰ ਚੁੱਕੇ ਹਾਂ। ਹੁਣ ਤਾਂ ਤੁਸੀਂ ਇਹ ਲਾ ਲਓ ਕਿ ਬ੍ਰਿਜ ਭੂਸ਼ਣ ਨੂੰ ਇੱਕ ਤਰਫ ਦੀ ਬੜੇ ਜਿਹੜੇ ਰਾਹ ਨੇ ਉਹ ਸੁਖਾਵੇਂ ਹੋ ਗਏ, ਕਿਸ ਤਰੀਕੇ ਨਾਲ ਦੇਖ ਰਹੇ ਹੋ? ਬਹੁਤ ਦੁਖਾਂਤਕ ਘਟਨਾਵਾਂ ਘਟ ਰਹੀਆਂ ਨੇ, ਦੁਖਾਂਤਕ ਤੋਂ ਵੀ ਵੱਧ, ਮਤਲਬ ਅੱਖਾਂ ਚੋਂ ਖੂਨ ਦੇ ਹੰਝੂ ਘੇਰਨ ਵਰਗੀਆਂ ਘਟਨਾਵਾਂ। ਯਾਨੀ ਤੁਸੀਂ ਦਰਦ ਨਾਲ ਇੰਨਾ ਕਰਾਉਂਦੇ ਹੋ, ਔਰ ਜਿੰਨਾ ਜ਼ੁਲਮ ਜਿੰਨਾ ਸਿਤਮ ਔਰਤ ਤੇ, ਯਾਨੀ ਕੁੜੀ ਹੋਣਾ ਗੁਨਾਹ ਹੋ ਗਿਆ ਜੀ, ਬਜਰ ਗੁਨਾਹ ਹੋ ਗਿਆ। ਯਾਨੀ ਇਹ ਕਿੱਥੋਂ ਜਨਮ ਲੈ ਲਿਆ ਇਹਨਾਂ ਨੇ? ਇਹਨਾਂ ਨੂੰ ਜਨਮਣਾ ਹੀ ਨਹੀਂ ਚਾਹੀਦਾ ਸੀਗਾ। ਬੇਟੀ ਪੜਾਓ ਬੇਟੀ ਬਚਾਓ, ਕੈਸੇ ਝੂਠੇ ਲੋਕ, ਕੈਸੇ ਘਟੀਆ ਮਾਨਸਿਕਤਾ ਵਾਲੇ ਲੋਕ, ਬਿਮਾਰ ਲੋਕ, ਕੁੰਠਿਤ ਲੋਕ, ਅਪਰਾਧਿਕ ਲੋਕ। ਅਸੀਂ ਕਿਹੜੇ ਕਿਹੜੇ ਚੁਣ ਚੁਣ ਕੇ ਸੰਸਦਾਂ ਚ ਭੇਜ ਦਿੱਤੇ, ਸਰਕਾਰਾਂ ਬਣਾਤੀਆਂ, ਅੱਤ ਹੋ ਗਈ। 15 ਤਰੀਕ ਤੱਕ ਸਰਕਾਰ ਨੇ ਕਿਹਾ ਸੀਗਾ ਕਿ ਚਾਰਜਸ਼ੀਟ ਦਾਖਲ ਕਰ ਦੇਗੀ ਪੁਲਿਸ। ਤੁਸੀਂ ਉਸ ਦਿਨ ਦਾ ਹੀ ਕਪਿਲ ਸਿੱਬਲ ਹੋਰਾਂ ਦਾ, ਬਹੁਤ ਸਿਆਣੇ ਵਕੀਲ ਨੇ, ਬਹੁਤ ਸੀਨੀਅਰ ਲੀਡਰ ਨੇ, ਉਹਨਾਂ ਦਾ ਤੁਸੀਂ ਬਿਆਨ ਸੁਣਿਆ, ਪੜ੍ਹਿਆ, ਆਪਾਂ ਡਿਸਕਸ ਵੀ ਕੀਤਾ ਸੀ, ਆਪਣੇ ਦਰਸ਼ਕਾਂ ਨਾਲ ਵੀ ਸਾਂਝਾ ਕੀਤਾ ਸੀਗਾ। ਇਹ ਚਾਰਜਸ਼ੀਟ ਇੰਨੀ ਪਤਲੀ ਹੋਏਗੀ, ਇੰਨੀ ਹਲਕੀ ਹੋਏਗੀ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਨਹੀਂ ਹੋਣੀ। ਉਹ ਅੱਗੇ ਕੀ ਬਣਦਾ ਕੀ ਨਹੀਂ ਬਣਦਾ, ਇਹ ਗੱਲਾਂ ਬਾਅਦ ਦੀਆਂ ਨੇ, ਪਰ ਉਹਨੂੰ ਬਿਲਕੁਲ ਬਚਾ ਲਿਆ ਜਾਏਗਾ ਪੁਲਿਸ ਵੱਲੋਂ ਕਲੀਨ ਚਿੱਟ। ਪ੍ਰੈਸ਼ਰ ਪਾ ਕੇ, ਦਬਾਅ ਪਾ ਕੇ, ਡਰਾ ਕੇ, ਧਮਕਾ ਕੇ, ਉਹ ਨਾਬਾਲਗ ਕੁੜੀ ਦੇ ਤਿੰਨ ਤਿੰਨ ਸਰਟੀਫਿਕੇਟ ਕੱਢ ਕੇ ਪਤਾ ਨੀ ਕਿੱਥੋਂ, ਇਹ ਨਰਿੰਦਰ ਮੋਦੀ ਦੇ ਸਰਟੀਫਿਕੇਟ ਜਿੱਥੇ ਯੂਨੀਵਰਸਿਟੀ ਦੇ ਸਪੈਲਿੰਗ ਵੀ ਗਲਤ ਸੀ, ਜਿੱਥੋਂ ਉਹ ਨਿਕਲੇ ਉੱਥੋਂ ਇਹ ਵੀ ਨਿਕਲ ਜਾਂਦੇ ਨੇ। ਕੁਛ ਵੀ ਕੱਢ ਸਕਦੀਆਂ ਸਰਕਾਰਾਂ ਨੇ, ਕੇਂਦਰ ਸਰਕਾਰਾਂ ਨੇ। ਡਿਕਟੇਟਰ ਰਾਣਾ ਅੰਦਾਜ਼ ਹੈ ਉਹਨਾਂ ਦਾ, ਡੈਮੋਕਰੇਟਿਕ ਤਾਂ ਅੰਦਾਜ਼ ਨਹੀਂ ਹੈ, ਉਹ ਤਾਂ ਕਿਸੇ ਦੀ ਸੁਣਦੇ ਨਹੀਂ ਹੈ। ਉਹ ਸਰਟੀਫਿਕੇਟ ਕਢਾ ਕੇ ਉਹ ਕੁੜੀ 'ਤੇ ਐਸਾ ਪ੍ਰੈਸ਼ਰ ਪਾਇਆ ਉਹਦੇ ਬਾਪ 'ਤੇ ਕਿ ਉਹਨੇ ਕੰਪਲੇਂਟ ਵਾਪਸ ਲੈ ਲਈ। ਹੁਣ ਪੁਲਿਸ ਨੇ ਚਾਰਜਸ਼ੀਟ 'ਚ ਸਭ ਤੋਂ ਪਹਿਲਾਂ ਇਹ ਲਿਖਿਆ ਕਿ ਪੋਕਸੋ ਦੀ ਧਾਰਾ ਜਿਹੜੀ ਆ ਲੱਗੀ ਹੋਈ ਉਹ ਹਟਾਈ ਜਾਵੇ। ਉਹ ਬਣਦੀ ਨਹੀਂ ਆ, ਉਹਦਾ ਸਬੂਤ ਕੋਈ ਨਹੀਂ ਆ, ਉਹਦਾ ਲੈਣ ਦੇਣ ਕੋਈ ਨਹੀਂ ਹੈ। ਪੋਕਸੋ ਦਾ ਮਤਲਬ ਸਾਰੇ ਹੀ ਅਪਰਾਧ ਉਹਦੇ ਮਾਫ। ਪਰ ਇੱਕ ਨੁਕਤਾ ਗੁਰਜਿੰਦਰ ਮੈਂ ਸਾਂਝਾ ਕਰਨਾ ਚਾਹਾਂਗਾ, ਮੈਂ ਮੇਰੇ ਕੋਲ ਇਹ ਕਟਿੰਗ ਹੈ ਅਖਬਾਰ ਦੀ, ਕਿਉਂਕਿ ਉਹ ਧਾਰਾਵਾਂ ਆਪਾਂ ਨੂੰ, ਆਪਾਂ ਕੋਈ ਕਾਨੂੰਨੀ ਦਾਅਵੇਦਾਰ ਨਹੀਂ ਹੈ, ਮੈਂ ਇਸ ਕਰਕੇ ਕਟਿੰਗ ਰੱਖੀ ਕਿ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਇੰਡੀਅਨ ਪੈਨਲ ਕੋਡ ਦੇ ਮੁਤਾਬਕ ਉਹ ਹੈਨ 354। ਇਹਦਾ ਮਤਲਬ ਹੁੰਦਾ ਔਰਤਾਂ ਨਾਲ ਛੇੜਖਾਨੀ ਕਰਨਾ। 354 ਇਹਦਾ ਮਤਲਬ ਹੁੰਦਾ ਔਰਤਾਂ ਤੇ ਜਿਨਸੀ ਰੰਗਤ ਦੀਆਂ ਟਿੱਪਣੀਆਂ ਕਰਨਾ, ਭੱਦੀਆਂ ਟਿੱਪਣੀਆਂ, ਘਿਨਾਉਣੀਆਂ ਟਿੱਪਣੀਆਂ ਕਰਨਾ। 353D ਇਹਦਾ ਮਤਲਬ ਹੁੰਦਾ ਕਿਸੇ ਔਰਤ ਦਾ ਲਗਾਤਾਰ ਪਿੱਛਾ ਕਰਨਾ। ਇਹ ਤਰ੍ਹਾਂ
और 506A ए होता अपराधिक तरीके दे नाल क्रिमिनली जी ਉਹਨਾਂ ਨੂੰ ਧਮਕਾਉਣਾ ਕਿਉਂਕਿ ਜਦੋਂ ਤੁਸੀਂ ਇਹਨਾਂ ਉੱਪਰਲੀਆਂ ਧਾਰਾਵਾਂ 'ਚ ਦੋਸ਼ੀ ਹੋ ਗਏ ਫਿਰ ਤੁਹਾਡੇ 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 ਕੋਲ ਕੋਈ ਚੈਲੰਜ ਰਹਿ ਜਾਂਦਾ ਕਿ ਤੁਸੀਂ ਇਹਨਾਂ ਨੂੰ ਡਰਾਓ ਧਮਕਾਓ ਜਿਹੜਾ ਇਸ ਮਾਮਲੇ 'ਚ ਬਿਲਕੁਲ ਹੋਇਆ ਪਹਿਲਵਾਨ ਕੁੜੀਆਂ ਦੇ ਮਾਮਲੇ ਦੇ ਵਿੱਚ ਬੜੀ ਸ਼ਿੱਦਤ ਨਾਲ ਇਹ ਹੋਇਆ ਔਰ ਉਹ ਧਾਰਾ ਵੀ ਇਹਨਾਂ ਦੇ ਉੱਤੇ ਲੱਗ ਗਈ ਹੈ ਹੁਣ ਇਹ ਧਾਰਾਵਾਂ ਵੀ ਕੋਈ ਛੋਟੀਆਂ ਨਹੀਂ ਆ ਇਹ ਬਹੁਤ ਗੰਭੀਰ ਧਾਰਾਵਾਂ ਨੇ ਪਰ ਇਹਨਾਂ ਦੇ ਵਿੱਚ ਇੱਕ ਨੁਕਤਾ ਹੈ ਉਹ ਬਹੁਤ ਅਹਿਮ ਨੁਕਤਾ ਆ ਕਿ ਗ੍ਰਿਫਤਾਰੀ ਕਿਸੇ ਵੀ ਕ੍ਰਿਮੀਨਲ ਬੰਦੇ ਦੀ ਉਦੋਂ ਹੁੰਦੀ ਆ ਜਦੋਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋਵੇ 7 ਸਾਲ ਤੋਂ ਘੱਟ ਜੇ ਹੈਗੀ ਆ ਫਿਰ ਗ੍ਰਿਫਤਾਰੀ ਨਹੀਂ ਹੁੰਦੀ ਇਹਦਾ ਮਤਲਬ ਕਿ ਜੋ ਕਪਿਲ ਸਿੱਬਲ ਨੇ ਕਿਹਾ ਸੀ ਉਹ ਕਾਨੂੰਨਦਾਨ ਹੈ ਜੋ ਕਪਿਲ ਸਿੱਬਲ ਨੇ ਕਿਹਾ ਸੀ ਉਹ ਹੀ ਹੋਇਆ ਉਹ ਕੁੜੀਆਂ ਖੂਨ ਦੇ ਹੰਝੂ ਰੋਣ ਜੋਗੀਆਂ ਰਹਿ ਗਈਆਂ ਔਰ ਇਹ ਭਲਵਾਨ ਜਿਹੜਾ ਹੈ ਬ੍ਰਿਜ ਭੂਸ਼ਣ ਸ਼ਰਨ ਸਿੰਘ ਇਹਦੀ ਗ੍ਰਿਫਤਾਰੀ ਨਹੀਂ ਹੋਣੀ ਕੁੜੀਆਂ ਫਿਰ ਲੜਨਗੀਆਂ ਅੱਗੇ ਆਉਣਗੀਆਂ ਥਾਪ ਪੰਚਾਇਤਾਂ ਨੇ ਕਹਿਤਾ ਕਿ ਅਸੀਂ ਤੁਹਾਡੇ ਨਾਲ ਹਾਂ ਇਹ ਲੰਬਾ ਚੱਲੇਗਾ ਜੇ ਉਹ ਦੁਬਾਰਾ ਕੇਸ ਫਿਰ ਹੈਂਡਲ ਕਰਦੀਆਂ ਨੇ ਚਲਾਉਂਦੀਆਂ ਨੇ ਮੰਗਾਂ ਕਰਦੀਆਂ ਨੇ ਇਹ ਹੁਣ ਇੱਕ ਲੰਬੇ ਪ੍ਰੋਸੈਸ 'ਚ ਪੈ ਗਿਆ ਯਾਨੀ ਕੋਈ ਆਵਾਜ਼ ਉਭਰਨ ਦਾ ਕੋਈ ਨਿਆਂ ਮਿਲਣ ਦਾ ਜੇ ਕੋਈ ਮਾੜਾ ਮੋਟਾ ਵੀ ਮੌਕਾ ਸੀ ਉਹ ਵੀ ਜਾਂਦਾ ਲੱਗਿਆ ਸੋ ਦਿਸ ਇਜ਼ ਦਾ ਇਹ ਇੱਕ ਇਹ ਨਿਆਂ ਪ੍ਰਣਾਲੀ 'ਚ ਅਨਿਆਂ ਕਿਵੇਂ ਕੰਮ ਕਰਦਾ ਔਰ ਕਾਨੂੰਨ ਦੀਆਂ ਚੋਰ ਮੋਰੀਆਂ ਔਰ ਕਾਨੂੰਨ ਦੀਆਂ ਅੱਖਾਂ 'ਤੇ ਜਿਹੜੀ ਪੱਟੀ ਬੱਧੀ ਹੋਈ ਹੈ ਉਹਦਾ ਲੇਖਾ ਜੋਖਾ ਤੁਸੀਂ ਇਹਦੇ ਰਾਹੀਂ ਦੇਖ ਸਕਦੇ ਜੀ ਵੱਡੀ ਆਹ ਇੱਕ ਗੱਲ ਕਿ ਜਦੋਂ ਸ਼ਰੇਆਮ ਜਿਹੜੇ ਲੋਕ ਸੀ ਉਹਨਾਂ ਨੇ ਗੱਲ ਕਹੀ ਸੀ ਕਿ ਸਾਡੇ ਨਾਲ ਜਿਹੜੀ ਹੈਗੀ ਹੈ ਇਸ ਪੱਧਰ ਤੱਕ ਬਦਤਮੀਜੀ ਹੋਈ ਹੈ ਪਰ ਉਸਦੇ ਬਾਵਜੂਦ ਕਿਸੇ ਤਰ੍ਹਾਂ ਦੀ ਕੋਈ ਸਿੱਟ ਦੀ ਜਾਂਚ ਨਹੀਂ ਕੋਈ ਇਨਕੁਆਇਰੀ ਨਹੀਂ ਹੈਗੀ ਮਾਈਨਰ ਲੜਕੀ ਦੇ ਜਿਹੜੇ ਬਿਆਨ ਨੇ ਉਹ ਵਾਪਿਸ ਲੈਣੇ ਡਿਫੈਂਸ ਦੇ ਵਿੱਚ ਸਾਰੀ ਸਰਕਾਰ ਦਾ ਖੜੇ ਹੋ ਜਾਣਾ ਤੇ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਇੱਕ ਸਲੋਗਨ ਵੀ ਪ੍ਰਮੁੱਖ ਰੱਖ ਕੇ ਚੱਲਣਾ ਕਿਤੇ ਨਾ ਕਿਤੇ ਜਿਹੜੇ ਦੋਹਰੇ ਕਿਰਦਾਰ ਨੇ ਜ਼ਰੂਰ ਸਾਹਮਣੇ ਆਉਂਦੇ ਨੇ ਇਕੱਲੇ ਦੋਹਰੇ ਕਿਰਦਾਰ ਨਹੀਂ ਗੁਰਜਿੰਦਰ ਮਤਲਬ ਸਰਕਾਰ ਦਾ ਡਿਕਟੇਟਰਾਨਾ ਜਿਹੜੀ ਤੁਸੀਂ ਦੋਹਰੇ ਕਿਰਦਾਰ ਉਹ ਤਾਂ ਬਿਲਕੁਲ ਸਹੀ ਕਿਹਾ ਪਰ ਇਹ ਤਾਂ ਜਬਰ ਮਤਲਬ ਜ਼ੁਲਮ ਦੀ ਇੰਤਹਾ ਹੈ ਪਰ ਮੈਂ ਜੇ ਥੋੜਾ ਪੋਜ਼ਿਟਿਵ ਵੀ ਲੈਣਾ ਮੈਂ ਇਹਨੂੰ ਇੰਨਾ ਨੈਗੇਟਿਵ ਵੀ ਨਹੀਂ ਲੈਂਦਾ ਮਤਲਬ ਸਰਕਾਰ ਦੇ ਕਿਰਦਾਰ ਨੂੰ ਮੈਂ ਨੈਗੇਟਿਵ ਲੈਣਾ ਪਰ ਮੈਂ ਕੁੜੀਆਂ ਦੀ ਲੜਾਈ ਨੂੰ ਇੱਕ ਐਸੇ ਬਾਨਣੂ ਦੀ ਗੱਲ ਦੇ ਤਰੀਕੇ ਨਾਲ ਦੇਖਦਾ ਹਾਂ ਕਿਉਂਕਿ ਖਾਸ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਦੀ ਭੂਮਿਕਾ ਵੀ ਸਾਨੂੰ ਦੇਖਣੀ ਪਏਗੀ ਖਾਸ ਪੰਚਾਇਤਾਂ ਦੀ ਭੂਮਿਕਾ ਔਰਤ ਦੇ ਮਾਮਲੇ 'ਚ ਹਮੇਸ਼ਾ ਨੈਗੇਟਿਵ ਹੀ ਰਹੀ ਹੈ ਕਿ ਤੁਸੀਂ ਚੁੱਪ ਕਰ ਜਾਓ ਤੁਸੀਂ ਬੋਲੋ ਤੁਹਾਡੇ ਕਿਰਦਾਰ ਖੁਸ਼ੀ ਤੁਹਾਡੇ ਕੈਰੀਅਰ ਦਾ ਮਸਲਾ ਤੁਹਾਡੇ ਆਹ ਮਸਲੇ ਤੁਹਾਡੇ ਉਹ ਮਸਲੇ ਜਾਂ ਖਾਸ ਪੰਚਾਇਤਾਂ ਤਾਂ ਵੈਸੇ ਹੀ ਔਰਤ ਵਿਰੋਧੀ ਰਹੀਆਂ ਨੇ ਪਰ ਇੱਥੇ ਆਣ ਕੇ ਕੁੜੀਆਂ ਨੇ ਜਿਹੜਾ ਹੌਸਲਾ ਕੀਤਾ ਪਹਿਲਵਾਨ ਕੁੜੀਆਂ ਨੇ ਮੈਂ ਕਹੂੰਗਾ ਸਾਡੇ ਖਿਡਾਰੀਆਂ ਨੇ ਮੈਂ ਉਹਨੂੰ ਇੱਜ਼ਤ ਹੋਰ ਇੱਜ਼ਤ ਦਿੰਦਾ ਕਿ ਸਾਡੇ ਉਹ ਖਿਡਾਰੀ ਜਿਹੜੇ ਸਵਰਨ ਪਦਕ ਜੇਤੂ ਨੇ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉੱਚਾ ਕੀਤਾ ਉਹਨਾਂ ਨੇ ਇੰਨੀ ਹਿੰਮਤ ਦਿਖਾਈ ਕਿ ਔਰਤ ਨੂੰ ਇੱਕ ਰਾਹ ਦਸੇਰੇ ਦੇ ਤਰੀਕੇ ਉਹ ਪੇਸ਼ ਹੋਈਆਂ ਕਿ ਭਾਈ ਜੇ ਤੁਸੀਂ ਆਪਣੀ ਲੜਾਈ ਆਪ ਨਹੀਂ ਲੜੋਗੇ ਤਾਂ ਫਿਰ ਤੁਹਾਡੇ ਨਾਲ ਕਿਸੇ ਨੇ ਨਹੀਂ ਆਉਣਾ ਉਹਨਾਂ ਨੇ ਇੰਨੀ ਲੜਾਈ ਲੜੀ ਇੰਨੀਆਂ ਧਮਕੀਆਂ ਇਟਸ ਓਬਵੀਅਸ ਕਿ ਉਹਨਾਂ ਨੂੰ ਧਮਕਾਇਆ ਗਿਆ ਔਰ ਇੰਨਾ ਜ਼ਿਆਦਾ ਡਰਾਇਆ ਗਿਆ ਕਿ ਉਹਦਾ ਬਾਪ ਡਰ ਗਿਆ ਕੁੜੀ ਦਾ ਸਾਰੇ ਡਰੇ ਹੋਣਗੇ ਸਾਕਸ਼ੀ ਦੀ ਮਾਤਾ ਮੈਂ ਦੇਖ ਰਿਹਾ ਸੀਗਾ ਉਹ ਕਹਿ ਰਹੇ ਸੀਗੇ ਕਿ ਜੇ ਸਾਨੂੰ ਹੋਰ ਲੜਨਾ ਪਿਆ ਅਸੀਂ ਲੜਾਂਗੇ ਜਦ ਤੱਕ ਨਿਆਂ ਨਹੀਂ ਮਿਲਦਾ ਅਸੀਂ ਲੜਾਂਗੇ ਜਦ ਤੱਕ ਦੋਸ਼ੀ ਅੰਦਰ ਨਹੀਂ ਜਾਂਦਾ ਜੇਲ੍ਹਾਂ ਤੱਕ ਤਦ ਤੱਕ ਲੜਾਂਗੇ ਅਸੀਂ ਸੋ ਇਹ ਜਿਹੜੀ ਬਹਾਦਰੀ ਹੈ ਇਹ ਜਿਹੜੀ ਇੱਕ ਆਈਡੈਂਟੀ ਉਹਨਾਂ ਨੇ ਆਪਣੀ ਇੱਕ ਸੋਸਾਇਟੀ ਦੇ ਵਿੱਚ ਆਪਣੀ ਆਈਡੈਂਟੀ ਸ਼ੋਅ ਕੀਤੀ ਹੈ ਆਪਣੀ ਪਛਾਣ ਸ਼ੋਅ ਕੀਤੀ ਹੈ ਸ਼ਰਿਆਮ ਬਾਹਰ ਆਣ ਕੇ ਉਹ ਆਪਣੇ ਚਿਹਰੇ ਦਿਖਾ ਕੇ ਲੜੀਆਂ ਨੇ ਕਿ ਸਾਡੇ ਨਾਲ ਇਹ ਸ਼ੋਸ਼ਣ ਹੋਇਆ ਸਾਡੇ ਨਾਲ ਇਹ ਧੱਕਾ ਹੋਇਆ ਦੈਟ ਇਜ਼
दैट्स ए ग्रेट थिंग इन आवर सोसाइटी। ए मर्द प्रधान समाज दे विच औरत दा सामने आके ये कहना ही कि मेरे नाल धक्का कीता, ए बहुत वड्डी गल सोसाइटी दे सामने, साडियां औरतां दे सामने, साडियां मावां भैणां दे सामने, साडियां धीआं दे सामने आ गई। मैं एक बारी गुरजिंदर, इट्स वेरी परसनल एक्सपीरियंस, मैं एक बार मेरी बेटी ने एक कविता लिखी, वो कविता पढ़ती पढ़ती ने वो कुड़ियों वालों लिखी हुई सी कि इससे आजादी वो जो जे एन यू बहुत ही अपना निजी अनुभव एक शेयर करता गुरजिंदर इस मामले। मेरी बेटी ने ग्रेजुएशन कर रही सी, उन्हें कॉलेज को कविता पढ़नी सी, उन्हें कोई कविता लिखी कुड़ियों के मामले के कविता लिखी उन्हें कि ए हों ए हों ए हों, जिमें जे एन यू के नारे लगे जी ना मनुवाद से आजादी इस आजादी आजादी के नारे स्टूडेंट्स ने लाए से, उन्हें ओदिया कविता कविता दियाँ अंतलिया सत्र कुछ आजादिया की मंग की गल उन्हें की मनुवाद से आजादी इससे आजादी आजादी है ना बोलन की आजादी, उन्हें एक लाइन लिखी उस इन घूरती निगाहों से आजादी। मेरा एकदम मत्था ठणकिया, मेरा दिल भी डोलिया, मैं धी के बाप होने के नाते अपने आप को भी पड़चोलिया कि यार असी जिहड़ा जिनसी शोषण की गल करते हैं होर शोषण की गल करते हैं, ये कुड़ियां तो इन सेंसिटिव होंदियां कि इन्हों जो कोई निगाह घूरती है ये वो तो भी आजादी चाहनी है। असी उस समाज के बैठे हाँ और इन्हें पहलवान कुड़ियों के नाल तो इतों कित हजार गुणा ज्यादा धक्का हो। तो इस सेंस दे विच ए जो पुलिस की सारी कार्रवाई है जिदे विच 3 साल की सजा हो सकती उन्हें वध तो वध, और वो भी नहीं उन्होंने होने देनी, उन्हों का राज है, उन्हों की गवर्नमेंट है, उन्हों की पुलिस आ, उन्होंने जुडिशरी है। मैं तो यह भी कहने लिए तैयार हाँ, मैं कोई कंटेंप्ट की भी फिक्र नहीं है, जुडिशरी भी उन्होंने ही है, सुमोटो नहीं लिया जा सकता जे उन्हें शिकायत वापस ली है तो की जजिस को अधिकार नहीं है कि वह पुलिस न जांच लिए दोबारा कह सकन जा आप जांच करवा सकन कोई सिट आप बना सकन, सारा कुछ होंगे बस मोम का नक है जिधर गवर्नमेंट चाहती है उधर मरोड़ लेंदी है। सौखे ही शब्दों कहता पुलिस ने चार्जशीट सब तो पहला यह क्या पहला यह नहीं है कि आरोप दाखिल करो, पहला यह है कि पोक्सो हटा दियो, यदि कोई लोड़ नहीं है कोई सबूत नहीं असी, पर इन्हों नहीं पता जिन्ना मर्जी प्रॉपर गंडा कर रहे खा पंचायत कहदियां असी तुहाडे नाल आ, देश भर दियां महिलावां औरत जथेबंदियां कहदियां असी तुहाडे नाल आ, देश भगत देश भर दियां प्रगतिशील प्रोग्रेसिव जथेबंदियां कहदियां असी तुहाडे नाल आ, ऐ ऐ ऐ जिहड़ा ना कि किसे नूं कोई दीदा नहीं ऐ नहीं हुंदा, उह साडे पंजाबी च मुहावरा आ पर है उह समाजिक, पर उहनूं इक रसमय जिहा तरीका वी जदों रब मारदा ना उहदे मारन दी आवाज नहीं आउंदी, और ये वह रब मैं लोगों को मानता हूं कि जो फिर लोग तुम डेगण से आ जाते ना फिर बहुत सवेर सताव कि काउंट नहीं कर दी देखी जाओ जिदा हो इतने इतने आ जाते हैं। असी कई सूबे च भी देखा हो, असी देश भी देखा हो, विदेशों च भी देखा हो, वे वे तख्त तक के उन्होंने बहर मारे है, और इन्हों 2024 कंध से लिखा पढ़ लेना चाहिए कि यह कुड़िया की हाँ नहीं लै पैना, इन्होंने हाँ नहीं लै पैना। मैं फिर हसमें नहीं बना चाहता कि यह हाँ औरत की हाँ बनेगी और इन्होंने लै लेगी। जी बिल्कुल सही गल थोड़ी। सो कड़ी साहब बहुत बहुत शुक्रिया जानकारी साझी करने के लिए, धन्यवाद। थैंक यू डियर जी। सो दोस्तों अपने नाल जुड़े हुए सीनियर जर्नलिस्ट रेस राजे कड़ी साहब, तुसीं जुड़े रहो, थोड़े अपने टीवी नैक्सट पंजाब। थैंक यू।